वाहिगुरु जी का खालसा, श्री वाहिगुरु जी की फतेह। मैं परमात्मा अगे अरदास करदा कि तुसीं सारे चढ़दी कला चलो जी, ते महाराज तुहानूं दिन दुगणी ते रात चौगुणी तरक्की बख्शे, सब नूं देर रोता बख्शे जी। सारे ही माणू दी अपनी अपनी जिंदगी दे विच आनंद आ। जिहड़े साडे डंगर आ जी, आ उहनूं डंगर ही कहिंदे, तां ही कहिंदे डंगर। मेरे तो मैं तूड़ी नहीं पाउंदा हुण, निरी ओह हराई पै रही है मक्की ਵਿੱਚ। ਜਿਹੜਾ ਕੋਦਰਾ ਦਾ ਪਿਛਲੇ ਸਾਲ ਆਪਾਂ ਨੇ ਬੀਜਿਆ ਸੀ ਉਹ ਦੁਬਾਰਾ ਉੱਗਿਆ, ਐਡਾ ਐਡਾ ਹੋਇਆ ਵਾ, ਹਰਿਆਈ ਵਿੱਚ ਰਲ ਕੇ ਪਾਈ ਹੈ ਨਾ। ਪਰ ਹੁਣ ਦੇਖੋ ਵੀ ਆਹ ਤਸਲੀ ਨੂੰ ਉਡੀਕ ਰਹੀ ਹੈ, ਗੈਂ ਦੀ ਖੁੱਲੀ ਭਰੀ ਵੀ ਇੱਕ ਖਾ ਨਾਲ ਇੱਕ ਅੱਖ ਖਾ ਨਹੀਂ ਰਹੀ। ਇਹੋ ਜਿਹੇ ਹੋ ਗਏ ਨਾ ਇਹ, ਲੈ ਹੁਣ ਦੇਖੋ ਕਿਹੜੇ ਸਾਬ ਲੈਣਾ, ਫੜਕ ਫੜਕ ਚੜ੍ਹ, ਲੈ ਲੈ ਚਾਓ ਚੜ੍ਹ ਗਿਆ, ਚਾਓ ਲੈ ਲੈ ਇੱਥੇ ਇੱਥੇ ਰੱਖ, ਡੇਲੀ ਰੂਟੀਨ ਚ ਕਰਨਾ ਬੰਦੇ ਨੂੰ ਆਉਣਾ ਚਾਹੀਦਾ, ਕਿਸੇ ਦੀ ਉਮੀਦ ਪਰ ਨਹੀਂ ਰਹਿਣਾ ਚਾਹੀਦਾ। ਸੰਦੀਪ ਨੂੰ ਮਿਲੋ ਜੀ, ਕੈਮਰਾਮੈਨ ਹੋਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਗੱਲ ਆ ਇਹਦੇ ਪਰੇ, ਇਹਦੇ ਪਰੇ ਹੁਣ ਸੀਪ ਲਾ ਗਈ ਇਹ ਬਈ, ਇਹ ਰੋਜ਼ ਦੀ ਗੱਲ ਹੈ ਜੀ। ਕਦੇ ਗੋਡਾ, ਕਦੇ ਮੋਢਾ, ਕਦੇ ਦੰਦ, ਕਦੇ ਸਿਰ, ਕਦੇ ਮੂੰਹ, ਵੀ ਇਹਦਾ ਦਰਦ ਹੋਈ ਹੋ ਜਾਂਦਾ। ਅੱਛਾ ਜੀ, ਕੋਈ ਭਰੋਸਾ ਨਹੀਂ ਇਹਨੇ ਘਰ ਹੱਥ ਖੜੇ ਕਰਦੇ। ਤੁਸੀਂ ਤਾਂ ਐਂ ਕਹਿੰਦੇ ਹੋ, ਉਹ ਕਹਾਵਤ ਹੋ ਗਈ 365 'ਚ ਲਿੱਤਰ ਨਾਰਦੇ ਤਾਂ ਹੀ ਬੰਦੇ ਨੂੰ ਮਾਰਦੇ। ਦੇਖੋ ਦੇਵੀ ਕਿੰਨੇ ਕੁ ਮਿੰਟ ਤੱਕ ਇਹ ਧਾਰ ਚੋਂਦੇ ਆ, ਇਹ ਚੈਲੰਜ ਆ। ਰਾਤ ਮੀਂਹ ਨੇ ਕਿਆ ਗਾਹ ਪਾਇਆ, ਬੁਰਾ ਹਾਲ ਰੀਤ ਤੇ ਕਿਣੀਆਂ ਗਿਰ, ਰੀਤ ਰੋਵੇ ਕਿਉਂਕਿ ਸੁੱਤੇ ਨਿਆਣੇ ਤੇ ਜੇ ਪਾਣੀ ਗਿਰਦਾ ਫਿਰ ਨਿਆਣਾ ਰੋਣ ਲੱਗ ਜਾਂਦਾ। ਹਾਂਜੀ, ਹੱਥ ਹੈਗੇ ਸਾਡੇ ਬੜੇ ਬੜੇ ਜੀ, ਪਹਿਲਾਂ ਪਜਾਮੇ ਨਾਲ ਹੱਥ ਕੌਣ ਸਾਫ਼ ਕਰਦਾ, ਐਵੇਂ ਲੱਤਾਂ ਚੌੜੀਆਂ ਕਰਕੇ ਤਾਂ ਧਾਰਾਂ ਚੋਈਆਂ ਨਹੀਂ ਜਾਣੀਆਂ ਵਿਕਰਮ। ਦੇਖਦੇ ਹਾਂ ਜੀ ਵਿਕਰਮ ਸਿੰਘ ਕਿੰਨੀ ਕੁ ਮਿੰਟ ਤੱਕ ਧਾਰ ਚੋਂਦਾ। ਰੀਤ ਜੀ ਆਪਣਾ ਇੰਜੋਏ ਕਰਦੀ ਆ। ਰੀਤ ਬੁਲਾ ਦੋ, ਸਤਿ ਸ਼੍ਰੀ ਅਕਾਲ। ਆਏ ਮੇਰਾ ਪੁੱਤ, ਸਤਿ ਸ਼੍ਰੀ ਅਕਾਲ ਕਰ ਦੋ ਸਾਰਿਆਂ ਨੂੰ, ਕਹਿ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮਿਲੋ ਜੀ ਸ਼ਾਦੀ ਚੁੱਬੂ ਬੂਬੂ ਜੀ ਨੂੰ। ਹਾਂਜੀ, ਦੋ ਉਂਗਲੀਆਂ ਮੇਰਾ ਪੂਰੇ ਹੱਥ 'ਚ ਆ ਜਾਂਦਾ, ਯਾਨੀ ਕਿ ਮੇਰਾ ਹੱਥ ਤੁਹਾਡੇ ਨਾਲੋਂ ਛੋਟਾ। ਮੇਰੇ ਹਿਸਾਬ ਨਾਲ ਤਾਂ ਇਹ 3 ਘੰਟੇ ਲੱਜਣੇ ਧਾਰ ਚੋਣ, ਮੈਂ ਚੋਲਣੀ ਇਹ 5 ਮਿੰਟ 'ਚ। ਮਸ਼ੀਨ ਹਾਂ, ਇਹ ਤਾਂ 20 ਡੰਗਰ ਆ ਨਾ। ਮੈਂ ਡੰਗਰ ਤਾਂ ਹੀ ਨਹੀਂ ਵਧਾਉਂਦਾ ਹੈਗਾ, ਜੇ ਮੈਂ ਡੰਗਰ ਵਧਾ ਲੈਣਾ ਮੇਰਾ ਚੋਣ ਕਰਵਾ ਜ਼ਿਆਦਾ ਪੈ ਜਾਣਾ। ਕਾਹਦੇ ਰੌਲਾ ਪੈ ਜਾਣਾ? ਮੈਂ ਕੰਮ ਨਹੀਂ ਕਰਨਾ, ਇਹ ਤੁਹਾਡੀ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਮੇਰੀ ਫਿਕਰ ਕਰਦੇ ਹੋ। ਤੁਸੀਂ ਮੇਰੇ ਹਮ ਸਫ਼ਰ ਹੋ ਨਾ, ਤਾਂ ਕਰਦੇ ਹੋ ਇੰਨੀ ਫਿਕਰ। ਮੈਂ ਹੀ ਚੋ ਦਿੰਦੀ ਹਾਂ ਸਰਦਾਰ ਜੀ, ਮੈਨੂੰ ਵੀ ਤੁਹਾਡੀ ਫਿਕਰ ਹੈ। ਜਿਹੜੇ ਹਿਸਾਬ ਨਾਲ ਤੁਸੀਂ ਦੁੱਧ ਚੋਂਦੇ, ਇੰਨੇ ਨੂੰ ਚੜ੍ਹਾ ਜਾਣਾ ਜੀ ਇਹਨੇ। ਓ ਜੀ ਭਗਤ ਬੰਦੇ ਹੀ ਚੜ੍ਹਾਉਂਦੇ ਹੁੰਦੇ ਦੁੱਧ, ਉੱਧਰ ਵਾਲੀ ਨੂੰ ਚੋਲਣਾ ਤਾਂ ਜੀ ਫਿਰ ਤੁਸੀਂ
जी अच्छा इतने टाइम से पहचाने नहीं ना मैं कुट्टी ना कई बार गुस्सा आ मेरे नाल। हां ये गल सही है, मेरे नाल गुस्सा तो खत्म हो गया। ओहो तेरे नाल गुस्सा कदे खत्म हो गया? हाय हां जी मैं ही चोदन नहीं है जी, थक गए। मेनू तो थोड़ी बहुत फिक्र है सरदार जी। सरदार जी ना ना बस मेरी फिक्र है, मैं आज जाए मैं तो सारी है। अच्छा जी ਤੇ ਮੈਂ ਸਮਝ ਗਈ ਮੈਂ ਕੱਲੀ ਜਾਣ ਚੋਲ ਦੇ ਕਰਵਾ। ਅੱਛਾ ਜੀ ਥੋੜਾ ਜਾਨੀ ਕਿ ਪਲਾਨ ਇਹੀ ਆ। ਰੀਟ ਨੋ ਪਾਪਾ ਜੀ ਕਹੀ ਜਾਂਦਾ ਗਾਂ ਲੈ ਲਾ ਇੱਕ ਗਾਂ ਲੈ ਲਾ, ਮੈਂ ਕਹੀ ਜਾਂਦਾ ਮੈਂ ਥੱਲੇ ਲੈ ਲਾ ਗਾਂ ਦਾ ਨਾ ਬਾਅਦ ਚ ਜਾ ਕੇ ਰੋਲਿਆਂ ਵਾਲਾ ਕੰਮ ਹੋ ਗਿਆ। ਆ ਪੂੰਛ ਐਸੀ ਮਾਰਦੀ ਹੈ ਨਾ ਮੂੰਹ ਤੇ ਕੰਨ ਸੀ ਸੀ ਕਰ ਲਾ ਦਿੰਦੀ ਹੈ। ਇਹਦੇ ਉਹ ਨਿਆਣਾ ਦਾ ਨਹੀਂ ਪਾਇਆ ਹੈਗਾ ਆਪਾਂ ਆਉਂਦੇ ਨਹੀਂ, ਆਪਾਂ ਇਹਦੇ ਨਿਆਣਾ ਮੂੰਹ ਤਾਂ ਠੀਕ ਹੈ ਇਹ ਮੁੱਠੇ ਸੌਂ ਲੱਗੇ ਸੱਚੀ ਲੱਗ ਰੋ ਲੈ ਮੈਂ ਚੋ ਦਨੀ ਹੈ ਯਾਰ। मैनूं सारा दिन बाजी बाजी कह जांदा, अज कल गए नूं भी बाजी निकलदा। हाय मूंह दे इंप्रेशन ओह मैं माजा काम करने बहुत दूर हां बिक्रमा, धारां चोणी आउणी चाहीदी है तेरे शुरू ते। ਮੈਂ 40 ਸਾਲ ਦੀ ਉਮਰ ਚ ਆ ਕੇ ਹੁਣ ਸਿੱਖਣ ਲੱਗੇ ਜੀ ਧਾਰਾਂ ਚੋਣੀ। ਮੈਂ ਸਿੱਖੀਆਂ ਤੀਆਂ ਜੀ ਧਾਰਾਂ 16 17 ਸਾਲ ਦੀ ਉਮਰ ਚ ਸਿੱਖ ਲੀਆਂ ਤੀਆਂ ਮੈਂ, ਸਿਖਾਈਆਂ ਮੇਰੇ ਡੈਡੀ ਨੇ। ਮੈਂ ਪਿਆ ਦਾ ਜਦ ਧਾਰ ਮੇਰੇ ਹੱਥ ਵਰ ਵਜੀ ਨਾ ਦੁੱਧ ਨਿੱਗਾ ਹੁੰਦਾ ਡੰਗਰ ਦਾ। ਅਸੀਂ ਤਾਂ ਦੇ ਮੈਂ ਨਾ ਮੈਂ ਸਦਾ ਤੋਂ ਤੱਕ ਨਾ ਤਾਜ਼ਾ ਸੋਨਾ ਚੁੰਦਾ ਇੱਕ ਇੱਕ ਗਲਾਸ ਛੋਟੇ ਜੇ ਹੁੰਦੇ ਆ। ਅੱਜ ਕੱਲ ਦਾ ਜਵਾਕ ਕਿਹੜਾ ਪੀਲੂਗਾ, ਕੋਈ ਵੀ ਨਹੀਂ ਮਿਲਦਾ ਕੱਚਾ। ਦੁੱਧ ਬਣਾ ਹੋਇਆ ਨਹੀਂ ਪੀਂਦਾ ਤਾਂ ਕੱਚਾ ਤਾਂ ਕਿਆ ਪੀਣਾ। ਐਕਚੁਅਲੀ ਸਾਡੀ ਮੰਮੀ ਸਾਨੂੰ ਦੇ ਦਿੰਦੇ ਸੀ ਭਰ ਕੇ ਗਲਾਸ, ਚੋਂਦੇ ਚੋਂਦੇ ਉੱਥੇ ਖੇਲੀ ਜਾਂਦੇ ਸੀ ਡੰਗਰਾਂ ਕੋਲ। ਸਹੀ ਗੱਲ ਆਇਆ ਯਾਰ ਕਿਲੋ ਦੁੱਧ ਤਾਂ ਮੈਂ ਚੋਤਾ ਜੀ, ਦੇਖੋ ਕਿਲੋ ਤੇ ਉੱਪਰੇ ਹੋਣਾ ਹੈ ਵਾਹਿਗੁਰੂ ਦੀ ਕਿਰਪਾ ਨਾਲ। ਥੋੜ੍ਹਾ ਜਿਹਾ ਟਾਈਮ ਰਹਿ ਗਿਆ, ਮੈਨੂੰ ਆਇਆ ਵੀ ਕਿਤੇ ਚੜਾ ਨਾ ਜਾਵੇ ਦੁੱਧ, ਤਾਂ ਕਰਕੇ ਹੁਣ ਮੈਂ ਸੀਟ ਛੱਡਤੀ। ਉਹ ਸੀਟ ਛੱਡਤੀ ਛੇਤੀ ਚੋਲਾ ਛੱਡ ਕੇ ਥਣ ਕਿਵੇਂ ਆਇਆ? ਕੁਛ ਨਹੀਂ ਭਗਤਣੀ ਆ ਤਾਂ ਹੁਣ ਵੱਜਦੀ ਧਾਰ ਹੈ ਤਸੱਲੀ ਨਾਲ। ਕੱਲ੍ਹ ਛੱਡਿਆ ਤਾ ਜੀ ਪਾਣੀ ਅਸੀਂ, ਕੱਲ੍ਹ ਦੀ ਲੈਟ ਹੀ ਨਹੀਂ ਆਈ ਹੈਗੀ, ਹਨੇਰੀ ਚੱਲ ਰਹੀ ਪਰ ਮੀਂਹ ਨੇ ਸੋਹਣੀ 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 ਰੌਣਕ ਜੀ ਕਰੀ ਪਈ ਉਹਨੇ। ਹਾਂ ਪੁੱਤ ਹਾਂ ਕਾ ਕਰਦਾ ਉਹ ਰਾਣੀ ਏ ਆਪੇ ਉਤਰ ਗਈ, ਚੱਲ ਕੋਈ ਨਹੀਂ। ਕਾ ਕਰਦਾ ਪੁੱਤ ਮਿੱਟੀ ਨਾਲ, ਖਾਣੀ ਨਹੀਂ ਹੈਗੀ ਮਿੱਟੀ, ਖੇਲੀ ਬੇਸ਼ੱਕ ਤੇ ਜਾਂ ਖਾਈ ਨਾ। ਉੱਦਣ ਇੱਕ ਦਿਨ ਤਾਂ ਵੀਡੀਓ 'ਚ ਖਾ ਲਿਆ, ਸਾਨੂੰ ਸਾਡੀਆਂ ਬੀਬੀਆਂ ਭੈਣਾਂ ਨੇ ਭਾਈਆਂ ਨੇ ਬਹੁਤ ਕਮੈਂਟ ਕੀਤੇ ਵੀ ਬੱਚੇ ਨੂੰ ਮਿੱਟੀ ਨਾ ਖਾਣ ਦਿਓ, ਬਹੁਤ ਇਨਫੈਕਸ਼ਨ ਹੁੰਦਾ ਇਹਦੇ ਵਿੱਚ। ਸਹੀ ਗੱਲ ਆ ਕਿ ਉਹ ਜਿਹੜੀਆਂ ਸਪਰੇਆਂ ਸਪਰੂਆਂ ਜਾਂ ਬਹੁਤ ਗੰਦੀਆਂ ਗੰਦੀਆਂ ਸਪਰੇਆਂ ਆਈਆਂ ਹੋਈਆਂ ਧਰਤੀ ਨੂੰ ਕੈਂਸਰ ਕਰ ਦਿੰਦੀਆਂ, ਉਹ ਸਾਰੇ ਅਰਕ ਮਿੱਟੀ ਦੇ ਵਿੱਚ ਆਉਣੇ ਆ। ਜੇ ਉਹ ਮਿੱਟੀ ਇਹ ਖਾਊਗੀ ਤਾਂ ਇਹਦੇ ਵਾਸਤੇ ਹਾਨੀਕਾਰਕ ਹੈ। ਹਾਂ ਕਿਆ ਲੱਭਦੀ ਇਹਦੇ 'ਚ ਤਾਂ ਮੱਖੀਆਂ ਤੜਾ ਲੈ ਆਪਣੇ ਪਰ, ਤੇ ਤੈਨੂੰ ਐਂ ਨਹੀਂ ਪਤਾ ਲੱਗਦਾ ਵੀ ਤੇਰੇ ਪਰ ਮੱਖੀਆਂ ਬੈਠੀਆਂ। ਕੋਈ ਨਹੀਂ ਖੇਡ ਲੈ ਤੂੰ, ਕੱਖ ਤਾਂ ਮੈਂ ਕਹਿੰਦਾ ਅੱਜ ਵੱਡੇ ਨਹੀਂ ਹੋਣੇ। ਪਾਣੀ ਖੜਾ ਬਾਹਰ ਹੈ ਨਾ, ਟਰੈਕਟਰ ਤਾਂ ਚੱਲਣਾ ਹੀ ਹੁਣ, ਟਰੈਕਟਰ ਤਾਂ ਨੱਠ ਭੱਜ ਪੈ ਗਈ ਲੇਬਰ ਵਾਲਿਆਂ ਨੂੰ ਵੀ। ਹੁਣ ਕੋਈ ਨਹੀਂ ਦੋ ਚਾਰ ਦਿਨ ਦੇ ਵਿੱਚ ਵਿੱਚ ਇਹ ਵੀ ਹੱਲ ਹੋ ਜਾਣਾ। ਕਿਸੇ ਦੇ ਦੋ ਦਿਨ ਅੱਗੇ ਕਿਸੇ ਦੇ ਦੋ ਦਿਨ ਪਿੱਛੇ ਸਾਰੇ ਲੱਗੇ ਜਾਣੇ। ਚਲੋ ਜੀ ਚੋ ਹੋ ਗਈ, ਐਂ ਅੱਧ ਅੱਧ ਤੇ ਵੱਧ ਤਾਂ ਚੋਤੀ ਮੈਂ, ਸ਼ਾਬਾਸ਼ ਤਾਂ ਦੇ ਦੇ ਮੈਨੂੰ ਬੰਦੇ ਨੂੰ ਉਤਸ਼ਾਹ ਜਿਹਾ ਹੋ ਜਾਂਦਾ ਫਿਰ ਵੀ ਹਾਂ ਕੰਮ। ਦੁੱਧ ਉਹਦਾ ਅੱਜ ਡੈਰੀ ਵਾਲੇ 'ਚ ਲੈਟ ਨਹੀਂ ਤੀ ਹੈਗੀ ਜੀ, ਉਹਦਾ ਜਿਹੜਾ ਕਿਲੋ ਵਾਲਾ ਮੀਟਰ ਉਹ ਚੱਲਦਾ ਨਹੀਂ ਤਾ, ਫਿਰ 2 ਲੀਟਰ ਦੁੱਧ ਮੈਂ ਪਾਇਆ ਉਹਨੂੰ, ਜਿਹੜਾ ਥੋੜ੍ਹਾ ਬਹੁਤਾ ਉੱਪਰ ਵਧਿਆ ਉਹ ਮੈਂ ਨਾਲੇ ਲਿਆ, ਫਿਰ ਉਹ ਤਾਂ ਕਰਨਾ ਹੁਣ ਉਰੀ ਰਲਾ ਲਿਆ ਪਾਣੀ ਘਰ ਜਾ ਕੇ। ਘਰ ਜਾ ਕੇ ਪਾਪਾ ਜੀ ਨੂੰ ਕਹਿੰਦੇ ਸੀ ਪਾਪਾ ਜੀ ਡੰਗਰ ਦੁੱਧ ਵੱਧ ਗਏ, ਐ ਨਹੀਂ ਪਤਾ ਵਿੱਚ ਅੱਧਾ ਕਿਲੋ ਪਾਣੀ ਪਾ ਲੈ ਜਾਣਾ। ਹਾਂ ਅਜੇ ਤਾਂ ਹੋਰ ਪੈਣਾ, ਬਾਲਟੀ ਧੋ ਕੇ
पापा जी भी जो खुश हो जाते संदीप नूं ऐतकी 500 नहीं देना 600 रुपया देना, इन्हें दुद्ध बधा ता डंगरां दा। ਮੋਟਰਸਾਈਕਲ ਆਪਰੇਟਰ ਕਿੱਧਰ ਨੂੰ ਤੁਰਿਆ ਵਾ, ਨੰਗੇ ਪੈਰ ਨੂੰ ਤੁਰਨਾ ਔਖਾ, ਵੈਸੇ ਤੁਰਨਾ ਚਾਹੀਦਾ। ਅੱਜ ਮੈਂ ਵੀ ਨੀ ਚੱਪਲਾਂ ਪਾ ਕੇ ਆਇਆ ਜੀ, ਪੈਰਾਂ ਦੇ ਹਾਲਾਤ ਦੇਖ ਲਓ, ਮਾਂ ਗਿੱਲਾ ਹੋਣਾ ਉਹਦੇ ਕਰਕੇ ਫਿਰ ਮਰੋੜੀਆਂ ਚੁਭਦੀਆਂ ਪੈਰਾਂ ਦੇ ਵਿੱਚ, ਪਤਾ ਲੱਗਦਾ ਵੀ ਹਾਂ ਸਰੀਰ ਨੂੰ ਅਹਿਸਾਸ ਜਿਹਾ ਹੁੰਦਾ। ਕੱਲ ਨਾ ਕੱਲ ਜੇ ਮੈਂ ਮੋਟਰ ਚਲਾਈ ਦੁਪਹਿਰ ਨੂੰ, ਮੈਂ ਕਹਿੰਦਾ ਵੀ 12-1 ਵਜੇ ਦੇ ਕਰੀਬ ਉਹਨੇ ਮੋਟਰ ਚੱਲੀ, ਮੋਰ ਨੱਕਾ ਲਈ ਲਾਉਣ ਚੱਲ ਗਿਆ, ਨਾਲੇ ਜਦੇ ਬਹਾਈ ਕਰੀ ਤੀ ਮੈਨੂੰ ਖੇਤ 'ਚ ਤੁਰਨਾ ਔਖਾ ਹੋ ਗਿਆ, ਨੰਗੇ ਪੈਰ ਇੱਧਰ ਨੂੰ ਜਾਣਾ, ਇੰਨੀਆਂ ਰੂੜੀਆਂ ਚੁਭੀਆਂ ਪੈਰ ਦੇ ਵਿੱਚ ਬੇਹਿਸਾਬ। ਤੁਰ ਤਾਂ ਮੈਂ ਵੀ ਨਹੀਂ ਸਕਦੀ, ਪਰ ਕਹਿੰਦੇ ਤੁਰਨਾ ਚੰਗਾ, ਸ਼ੂਗਰ ਵਾਲੇ ਨੂੰ ਜ਼ਿਆਦਾ, ਸ਼ੂਗਰ ਬੀਪੀ ਸਾਰਾ ਕੁਛ ਉਹਦੇ ਨਾਲ ਕੰਟਰੋਲ ਹੋ ਜਾਂਦਾ। ਇਹ ਜ਼ਰੂਰੀ ਹੈ ਨੰਗੇ ਪੈਰ ਵੀ, ਪਰ ਸਾਨੂੰ ਹਾਂ ਉਹ ਕੰਡੇ ਵਾਲੀ ਚੱਪਲਾਂ ਚੱਲੀ ਹੋਈਆਂ, ਪਰ ਗਰੀਬ ਦਾ ਇੱਧਰ ਇਨਫੈਕਸ਼ਨ ਹੋ ਜਾਂਦਾ ਪੈਰਾਂ ਪਰ, ਓਹੋ ਇਹਦੇ 'ਚ ਤੁਹਾਡੀਆਂ ਦਿਖਦੀ ਹੀ ਨਹੀਂ ਹੁਣ, ਗੋਹੇ ਨਾਲ ਗੋਹੇ ਨਾਲੇ ਭਰ ਗਈਆਂ, ਗਿੱਲਾ ਹੋ ਗਿਆ ਨਾ ਡੰਗਰਾਂ ਥੱਲੇ ਅੱਜ, ਮੀਂਹ ਰਾਤ ਥੋੜ੍ਹਾ ਪਿਆ। ਚਲੋ ਵੈਸੇ ਵੀ ਆਪਾਂ ਨੇ ਸਾਫ਼ ਕਰਕੇ ਸੁੱਕ ਜੀ ਬਿਛਾ ਤੀ, ਪਾਣੀ ਪਾਣੀ ਦੀ ਬਾਲਟੀਆਂ ਤਾਂ ਰੱਖ ਦੇ, ਉਹਨਾਂ ਨੂੰ ਪਾਣੀ ਪਿਲਾ ਦੇ ਇੱਕ ਵਾਰ, ਫਿਰ ਆਪਾਂ ਨਿਕਲ ਚੱਲਦੇ ਹਾਂ, ਹੋਰ ਕੀ ਕਰਨਾ। ਠੀਕ ਹੈ, ਕੱਖ ਤਾਂ ਹੁਣ ਸ਼ਾਮ ਨੂੰ ਵੱਢਣੇ ਆ ਕੇ, ਸ਼ਾਮ ਨੂੰ ਯਾਨੀ ਕਿ ਫਿਰ ਸੱਜਰੇ ਆਉਣਾ ਪੈਣਾ, ਸੱਜਰੇ ਆ ਜਾਊਂਗੇ ਅੱਗੇ ਕਿੰਨੇ ਕੁ ਲੇਟ ਆਉਂਦਾ ਜਿਹੜਾ ਸੱਜਰੇ ਆਉਂਦਾ, ਆਪਾਂ ਨੇ ਜੀ 6 ਵਜੇ, ਅੱਜ ਸ਼ਾਮ ਨੂੰ 4 ਵਜੇ ਆ ਜਾਊਂਗਾ, 4 ਵਜੇ ਨਹੀਂ 5 ਸਾਢੇ 5 15 ਮਿੰਟ ਦਾ ਕੰਮ ਆ ਕੱਖ ਦਾ, ਤਾਂ ਇਹਨੇ ਡੋਲ ਦੇਣੀ ਯਾਰ ਬਾਲਟੀ, ਇਹ ਨਹੀਂ ਡੋਲਦੀ, ਆਉਂਦੇ ਉੱਧਰ ਉਹਨੂੰ ਹੁਰਕਣ ਦੀ ਆਦਤ ਨਾ ਗਈ, ਦੁੱਧ ਇਹਨੇ ਆਰਾਮ ਨਾਲ ਦੇ ਤਾ, ਹੁਣ ਐਂ ਕਹਿੰਦੀ ਵੀ ਮੈਂ ਸਿੰਗਾਪੁਰ ਚੱਕੇ ਲਵਾਂ ਲੈ। ਇੱਕ ਗੱਲ ਹੈ, ਇਹਦੇ ਕੋਲ ਖੜ ਕੇ ਬੰਦਾ ਪਿੱਛੇ ਢੂ ਕਰਕੇ ਨਹੀਂ ਖੜ ਸਕਦਾ, ਕਿਸੇ ਟਾਈਮ ਵੀ ਸਿੰਗਾ ਨਾਲ ਢੂਹੀ ਚ ਸਿਰ ਮਾਰ ਸਕਦੀ ਹੈ, ਕਿਸੇ ਵੀ ਟਾਈਮ ਵਾਰ ਕਰ ਸਕਦੀ ਹੈ ਨਾ। ਚਲੋ ਕੋਈ ਖਤਰਨਾਕ ਮੈਸ ਹੈ, ਖਤਰਨਾਕ ਮੈਸ ਤੂੰ ਹੈਗੀ, ਖਤਰੋਂ ਕੀ ਖਿਲਾੜੀ, ਖਤਰੋਂ ਕੀ ਖਿਲਾੜੀ ਹੋ ਤੂੰ, ਖਤਰ ਮੈਂ ਖਤਰਨਾਕ ਮੈਸ ਚਾਹੁੰਦੀ ਹੈ ਜ਼ਿਆਦਾ, ਸਾਰਾ ਦਿਨ ਨਾ ਮੇਰਾ ਮਜ਼ਾਕ ਨਾ ਡਾਇਆ ਕਰੋ, ਮੈਂ ਜਾ ਕੇ ਨਹੀਂ ਡਾਉਂਦਾ, ਸੌਰੀ ਜੀ ਇਹਨੂੰ ਆ ਗਿਆ ਗੁੱਸਾ। ਇਹ ਹੈਗੀ ਹੈ ਜੀ ਵਿਕਰਮ ਦੀ ਘਰ ਵਾਲੀ, ਸੁਪਰ ਵੂਮੈਨ ਹੈ, ਸੁਪਰ ਵੂਮੈਨ ਹੈ। ਚਲੋ ਇਹ ਠੀਕ ਹੋ, ਸਾਰੀਆਂ ਹੀ ਵੂਮੈਨ ਸੁਪਰ ਹੁੰਦੀਆਂ ਨਾ, ਇਹਨਾਂ ਵੀ ਬਹੁਤ ਤਕੜੇ ਤਕੜੇ ਕੰਮ ਕਰਦੀਆਂ ਨਾ, ਵਧੀਆ ਜਿਹੜੇ ਪੁਲਿਸ ਮਹਿਕਮੇ ਚ ਆ ਉਹਨਾਂ ਨੂੰ ਵੀ ਸਲੂਟ ਆ, ਵਾਹ ਇਹ ਦੇਖੇ ਤੇਰੇ ਸਲੂਟਾਂ ਨੂੰ ਤੇਰੇ ਬਾਰੇ ਜਾਈ ਗੱਲ ਹੈ, ਫੌਜ ਵਾਲੀਆਂ ਨੂੰ ਵੀ ਸਲੂਟ ਆ ਜਿਹੜੇ ਬਾਰਡਰ ਤੇ ਖੜੀਆਂ ਆਪਣੇ ਲਈ, ਨੇਵੀ 'ਚ ਵੀ ਹੈ ਬਹੁਤ ਬਹੁਤ ਕੁੜੀਆਂ, ਹੁਣ ਤਾਂ ਬਹੁਤ ਨੌਕਰੀ ਹੈ, ਅੱਧ 80% ਕੁੜੀਆਂ ਇਸ ਟਾਈਮ ਨੌਕਰੀ ਕਰਦੀਆਂ, ਅਤੇ 70% ਕੁੜੀਆਂ ਕੰਮ ਕਰਦੀਆਂ, 30% ਮੁੰਡੇ ਕੰਮ ਕਰਦੇ, ਜਿਹੜੀਆਂ ਅਗਾਂਹ ਅਗਾਂਹ ਨੌਕਰੀਆਂ ਆ ਰਹੀਆਂ, ਕਿਉਂ ਕੁੜੀਆਂ ਪੜ੍ਹਨ ਨੂੰ ਹੁਸ਼ਿਆਰ ਹੁੰਦੀਆਂ ਸ਼ੁਰੂ ਤੋਂ ਹੀ, ਮੁੰਡੇ ਸਾਡੇ ਵਰਗੇ ਲਫੈਂਡ ਹੁੰਦੇ, ਮੇਰੇ ਵਰਗੇ ਲਫੈਂਡ ਹੁੰਦੇ ਆ, ਬਾਕੀਆਂ ਦੇ ਤਾਂ ਸਾਰਿਆਂ ਦੇ ਸਹੀ ਹੁੰਦੇ ਆ ਮੇਰੇ ਵਰਗੇ, ਬਹੁਤ ਸਹੀ ਹੋ, ਸ਼ੁਕਰ ਆ ਮਹਾਰਾਜ ਭਾਈ, ਐਨੇ ਪਾਣੀ ਨਹੀਂ ਪੀਣਾ, ਇਹਨੇ ਹੁਣ ਡਾਂਗ ਖਾਣੀ ਮੇਤੇ, ਚਲੋ ਠੀਕ ਹੈ ਜੀ, ਓਕੇ ਮਹਾਰਾਜ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ, ਤੰਦਰੁਸਤ ਰੱਖੇ, ਤਕਲੀਫਾਂ ਤੋਂ ਦੂਰ ਰੱਖੇ।